ਬਾਜੀ ਦਾ ਬਹੁਤ ਫਰਕ ਪੈ ਗਿਆ। ਅੱਗੇ ਤਾਂ ਜੇ ਕਹਿ ਦਈਏ 500 ਦੀ ਸਬਜ਼ੀ ਲੈਣੀ ਕੁਛ ਥੈਲਾ ਕੋਈ ਲੈ ਕੇ ਘਰ ਨੂੰ ਜਾਂਦੇ ਹਾਂ, ਹੁਣ ਤਾਂ ਜੀ ਲਿਫਾਫਾ ਲੰਘਾ ਕੇ ਜਾਂਦੇ। ਆਹ ਤੋਰੀਆਂ ਹੀ ਦਾ ਰੇਟ ਬਹੁਤ ਹੋਇਆ ਪਿਆ ਵਾ, ਟਮਾਟਰ 200 ਨੂੰ ਦੱਸੀ ਜਾਂਦੇ ਆ, ਕੋਈ ਆ ਭਿੰਡੀਆਂ ਦਾ ਰੇਟ ਪੁੱਛ ਕੇ ਵੇਖ ਲਓ 100 ਨੂੰ, ਟਮਾਟਰ 180 ਨੂੰ ਦੱਸਦੇ ਆ ਜੀ, ਅਤੇ ਕੀ ਬੰਦਾ ਲੈ ਲੂਗਾ ਅਤੇ ਕੀ ਕਰ ਲੂਗਾ ਜੀ। ਕਹਿੰਦੇ ਕੀ ਦੁਕਾਨਦਾਰ ਕਿਉਂ ਰੇਟ ਲੈਂਗੇ ਕਿਤੇ ਕੋਈ ਪਤਾ ਲੱਗਿਆ ਜੀ? ਇਹਦਾ ਹੁਣ ਦੁਕਾਨਦਾਰਾਂ ਨੂੰ ਪਤਾ ਹੋਇਆ, ਇਹ ਤਾਂ ਕੁਛ ਨਹੀਂ, ਇਹਨਾਂ ਤੋਂ ਪੁੱਛਦੇ ਹਾਂ ਵੀ ਕੀ ਰੀਜ਼ਨ ਆ ਵੀ ਇੰਨੇ ਭਾਅ ਕਾਹਤੋਂ ਵਧੇ ਹੈਗੇ। ਕਿੰਨਾ ਕੁ ਫਰਕ ਪੈ ਗਿਆ? ਕਾਫੀ ਫਰਕ ਪੈ ਗਿਆ ਜੀ। ਬਾਈ ਪਤਾ ਕੀ ਚੱਕਰ, ਸਬਜ਼ੀ ਯਾਰ ਬਹੁਤ ਮਹਿੰਗੀ ਆ, ਹੁਣ ਗਰੀਬ ਬੰਦਾ ਕਿੱਥੋਂ ਲੈਣੇ ਆ। 150 180 ਰੁਪਏ ਕਿਲੋ ਟਮਾਟਰ ਕਹਿੰਦੇ ਹੁਣ, ਹੁਣ ਇੰਨੇ ਮਹਿੰਗੇ ਬੰਦਾ ਲੈ ਕੇ ਜਾਊਗਾ ਕਿੱਥੇ ਬਾਈ? ਪਹਿਲਾਂ ਕਿੰਨੇ ਦੀ ਸਬਜ਼ੀ ਲੈ ਜਾਂਦੇ ਸੀ ਤੇ ਹੁਣ ਕਿੰਨੇ ਲੈ ਜਾ ਰਹੇ? ਅੱਗ ਪਹਿਲਾਂ ਤਾਂ ਸਸਤੀ, ਹੁਣ ਤਾਂ ਮਹਿੰਗੀ ਬਹੁਤ ਕੀਤੀ ਪਈ ਆ ਯਾਰ, ਘਟਾਉਣੇ ਚਾਹੀਦੇ ਰੇਟ ਬਾਈ। ਅਤੇ ਕਿੱਦਾਂ ਬਜਟ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਕਿਵੇਂ ਬਜਟ ਨੂੰ ਕਿੱਦਾਂ ਦੇਖਦੇ ਹੋ, ਜੇ ਪਹਿਲਾਂ ਕਿੰਨੇ ਦੀ ਸਬਜ਼ੀ ਜ਼ਿਆਦਾ ਤੇ ਹੁਣ ਕਿੰਨੇ ਦੀ ਲੈ ਜਾ ਰਹੇ? ਹੁਣ ਤਾਂ ਬਹੁਤ ਮਹਿੰਗੀ ਪਹਿਲਾਂ ਨਾਲੋਂ, ਪਹਿਲਾਂ ਤਾਂ ਬਹੁਤ ਸਸਤੀ ਸੀ, ਜਿਸ ਹਿਸਾਬ ਨਾਲ ਹੁਣ ਮੀਂਹ ਬਾਏ ਦਾ ਵੇ ਪਿਆ ਹੋਇਆ, ਇਸ ਹਿਸਾਬ ਨਾਲ ਸਸਤੀ ਕਰਨੀ ਚਾਹੀਦੀ, ਲੋਕਾਂ ਦਾ ਕੰਮ ਕਾਰ ਨਹੀਂ ਚੱਲ ਰਿਹਾ ਅਤੇ ਉਹਨਾਂ ਨੂੰ ਲੈਣ 'ਚ ਗਰੀਬ ਬੰਦੇ ਨੂੰ ਦਿੱਕਤ ਬਹੁਤ ਹੁੰਦੀ। ਹੁਣ 180 ਰੁਪਏ ਟਮਾਟਰ, ਹੁਣ ਬੰਦਾ ਕਿਵੇਂ ਲੱਗੇ ਗਰੀਬ? ਦੇਖੋ ਜਿਹੜਾ ਬਜਟ ਆ ਸਬਜ਼ੀ ਦਾ, ਮੈਂ ਦੇਖ ਰਿਹਾ ਬਾਰਿਸ਼ਾਂ ਦੇ ਕਾਰਨ ਥੋੜ੍ਹਾ ਵੱਧ ਗਿਆ ਵਾ। ਪਹਿਲਾਂ ਜਿਹੜੀ ਚੀਜ਼ 40 ਰੁਪਏ ਦੀ ਸੀ, ਅੱਜ ਉਹ 80 ਰੁਪਏ ਦੀ ਮਿਲ ਰਹੀ ਆ। ਕਿਤੇ ਨਾ ਕਿਤੇ ਕਸੂਰ ਦੁਕਾਨਦਾਰ ਭਰਾਵਾਂ ਦਾ ਵੀ ਨਹੀਂ ਗਾ, ਤਾਂ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਤੋਂ ਵੀ ਮੇਰੇ ਹਿਸਾਬ ਨਾਲ ਅੱਜ ਵੀ ਉਸੇ ਰੇਟ 'ਤੇ ਜਿਹੜੇ ਆ ਇਹ ਭਰਾ ਸਬਜ਼ੀ ਲੈ ਰਹੇ ਆ। ਪਰ ਫਿਰ ਵੀ ਇੱਕ ਬਾਰਿਸ਼ ਦਾ ਬਹਾਨਾ ਵੀ ਹੋ ਸਕਦਾ, ਦੋਨੇ ਪੱਖ ਹੀ ਦੇਖਣੇ ਪੈ ਸਕਦੇ ਆ। ਰੇਟ ਜਿਸ ਤਰ੍ਹਾਂ ਵਧੇ ਹੈਗੇ ਨੇ, ਤੁਸੀਂ ਪੁੱਛਿਆ ਰੇਟ ਕੀ ਰੇਟ ਦੱਸਿਆ? ਹਾਂਜੀ, ਟਮਾਟਰ ਦਾ 180 ਰੁਪਏ ਦੱਸ ਰਹੇ ਆ, ਅਤੇ ਸੋ ਟਮਾਟਰ ਦਾ ਪਹਿਲਾਂ ਮੈਂ ਕੱਲ੍ਹ ਆਇਆ ਸੀਗਾ ਤਾਂ ਕੱਲ੍ਹ ਮੇਰੇ ਹਿਸਾਬ ਨਾਲ 140 ਰੁਪਏ ਸੀਗਾ, ਉਹ ਅੱਜ 180 ਰੁਪਏ ਆ। ਇਕੱਲੇ ਟਮਾਟਰ ਹੀ, ਹੋਰ ਸਾਰੀਆਂ ਸਬਜ਼ੀਆਂ? ਹਾਂ, ਭਿੰਡੀਆਂ ਦਾ, ਜਿਵੇਂ ਭਿੰਡੀਆਂ ਦਾ ਵੀ ਆ ਸਾਰਿਆਂ ਦਾ। ਸਬਜ਼ੀਆਂ ਦੇ ਰੇਟ ਬਹੁਤ ਵੱਧ ਚੁੱਕੇ ਹੈ, ਜਿੱਥੇ ਲੋਕ ਗੁਜ਼ਾਰਾ ਬੜੀ ਵਧੀਆ ਕਰਦੇ ਸੀ ਉੱਥੇ ਅੱਜ ਬਹੁਤ ਮਹਿੰਗਾਈ ਹੋ ਚੁੱਕੀ ਹੈ, ਅਤੇ ਸਬਜ਼ੀਆਂ ਦੇ ਰੇਟ ਚੌਗਣੇ ਹੋ ਚੁੱਕੇ ਹੈ, ਜਿਹਦੇ ਨਾਲ ਹਰ ਬੰਦਾ ਜਿਹੜਾ ਹੈ ਉਹ ਸਬਜ਼ੀ ਖਰੀਦ ਨਹੀਂ ਸਕਦਾ। ਕਿੱਦਾਂ ਚੱਲਦਾ ਫਿਰ ਬਜਟ ਦਾ? ਕਿੱਦਾਂ ਚੱਲਦਾ ਬਜਟ? ਸਾਰਾ ਹਿੱਲ ਗਿਆ ਐਕਚੁਅਲ 'ਚ। ਜਿਵੇਂ ਮੈਂ ਬਾਹਰ ਗਈ ਸੀਗੀ ਅਤੇ ਜਦੋਂ ਟਮਾਟਰ 40 ਰੁਪਏ ਕਿਲੋ ਸੀਗੇ, ਮੈਂ ਆ ਕੇ ਲੈ ਕੇ ਗਈ ਸਬਜ਼ੀ ਅਤੇ ਟਮਾਟਰ 200 ਰੁਪਏ ਕਿਲੋ ਹੋਏ ਪਏ ਸੀ। ਸਬਜ਼ੀ ਲਿੱਤੀ ਆਲੂ ਪਿਆਜ਼ ਅਤੇ ਟਮਾਟਰ, ਅਤੇ ਬਿੱਲ ਲਿੱਤਾ 200 ਰੁਪਏ। ਮੈਂ ਉਹਨੂੰ ਪੁੱਛਿਆ ਦੁਕਾਨਦਾਰ ਨੂੰ ਕਿ 3 ਸਬਜ਼ੀਆਂ ਅਤੇ 200 ਰੁਪਏ, ਉਹ ਕਹਿੰਦਾ ਮੈਡਮ ਕਿੰਨੀ ਦੇਰ ਬਾਅਦ ਆਏ ਹੋ ਸਬਜ਼ੀ ਲੈਣ? ਅਤੇ ਮੈਂ ਕਿਹਾ 1.5 ਮਹੀਨੇ ਬਾਅਦ। ਕਹਿੰਦਾ ਮੈਡਮ ਟਮਾਟਰ ਦਾ ਰੇਟ 200 ਰੁਪਏ ਹੋ ਚੁੱਕਾ ਹੈ। ਦੱਸੋ ਜੀ, ਮਟਰ 200 ਰੁਪਏ ਕਿਲੋ ਆ ਜੀ, 180 ਰੁਪਏ, ਟਮਾਟਰ ਵੀ 180 200 ਰੁਪਏ ਕਿਲੋ ਆ ਜੀ, ਤੋਰੀਆਂ ਕੱਦੂ 60 ਰੁਪਏ ਕਿਲੋ, ਸਾਰੇ ਡਬਲ ਡਬਲ ਟ੍ਰਿਪਲ ਟ੍ਰਿਪਲ ਰੇਟ ਹੋ ਗਏ ਸਾਰੇ। ਮਾਰਕੀਟ 'ਚ ਜਿਹੜਾ ਗਾਹਕ ਘੱਟ ਆਉਂਦਾ ਕੀ ਕਰ? ਗਾਹਕ ਘੱਟ ਗਿਆ ਜੀ, ਗਾਹਕ ਘੱਟ ਰਹੀ ਹੈ, ਸਬਜ਼ੀ ਮਹਿੰਗੀ ਆ, ਗਾਹਕ ਆਪੇ ਘੱਟ ਜਾਂਦਾ ਜੀ, ਅਗਲਾ ਪਾਈਆ ਚੀਜ਼ ਲੈ ਕੇ ਟਾਈਮ ਪਾਸ ਕਰ ਲੈਂਦਾ ਜੀ, ਜਿਹੜਾ ਕਿਲੋ ਲਿਆਂਦਾ ਸੀ ਅਗਲਾ ਪਾਈਆ ਟਮਾਟਰ ਲੈਂਦਾ 50 ਰੁਪਏ ਸਰ ਜਾਂਦਾ ਬਸ। ਕੀ ਕਾਰਨ ਕੀ ਸਬਜ਼ੀ ਦਾ? ਬਸ ਲੋਕਾਂ ਸਬਜ਼ੀ ਖਤਮ ਹੋ ਗਈ ਜੀ, ਟਾਈਮ ਖਤਮ ਹੋ ਗਿਆ ਜੀ, ਹੁਣ ਸਬਜ਼ੀ ਚੱਲ ਰਹੀ ਪਹਾੜ ਵਾਲੀ, ਉਧਰੋਂ ਰਸਤੇ ਬੰਦ ਹੋ ਗਏ ਜੀ, ਰਸਤੇ ਬੰਦ ਹੋਣ ਕਰਕੇ ਮਾਲ ਆ ਨਹੀਂ ਰਿਹਾ ਹੈਗਾ।